हेलो कौन बोल रहा? क्या हो गया? क्लिनिक के बाहर खड़ा क्या करता तू? घर नू जा। टाइम किन्ना होया? साया टाइम है कोई दुकानदारी का? मैं 10 बजे खोलदा है। ओ यार अज छुट्टी है, संडे है। ओके बाय टाटा। पता नहीं कितने कितने दवाई आने। एमरजेंसी पै गई, एमरजेंसी पै गई। पता नहीं केड़ा 5 बजे सवेरे सवेरे फोन कर दता मैनू। लोगों को टेक टूक है ही नहीं, मैं तो देख लिया। घटो घट ऐतवार तो मैं जीन दो चैन नाल। भी अपने वर्ग ही समझ बस सारे भी। हाँ डॉक्टर मारिया फोन, आ जा डॉक्टर उत्थे, आ जा उत्थे। संडे इंजॉय करिए अज। सवेर की सैर भी सवेर की सैर है। मैं तो उ अपनी लाइफ च बिजी हो कद अपनी निजी जिंदगी मैं टाइम ही नहीं दिता। लै दस डॉक्टर साहब ਉਹ ਤੁਸੀਂ ਉਰੇ ਸੈਰ ਕਰਦੇ ਘੁੰਮ ਰਹੇ, ਮੈਨੂੰ ਐਮਰਜੈਂਸੀ ਪਈ ਵੀ ਹੈ। ਸਵੇਰੇ ਫੋਨ ਕਰਿਆ ਤੀ 5 ਵਜੇ। ਅੱਛਾ ਤੂੰ ਦਾ ਉਹ ਹੋਰ ਜੀ ਉਹ ਮੇਰੀ ਗੱਲ ਸੁਣ। ਸਾਰਾ ਦਿਮਾਗ ਦਮੁਖ ਠੀਕ ਆ ਤੇਰਾ? ਉਹ ਦਿਮਾਗ ਨਹੀਂ ਜੀ, ਉਹ ਡਾਕਟਰ ਸਾਹਿਬ ਤੁਸੀਂ ਕੀ ਕਰਿਆ ਜੀ? ਉਹ ਮੇਰੇ ਜਿਹੜਾ ਨੌਕਰ ਨਹੀਂ ਹੈਗਾ, ਹਾਂ ਉਹ ਤੁਸੀਂ ਉਹਦੀਆਂ ਅੱਖਾਂ ਕੱਢ ਲਈਆਂ ਜੀ। ਕੈਸੀਆਂ ਗੱਲਾਂ ਕਰੀ ਜਾਂਦੇ? ਓਹੋ ਲੈ ਸੁਣ ਲੈ ਗੱਲ, ਅੱਖਾਂ ਵੀ ਮੈਂ ਠੀਕ ਕੱਟੀਆਂ ਉਹਦੀਆਂ। ਮੇਰੇ ਕੋਲ ਆਇਆ ਕਹਿੰਦਾ ਮੈਂ ਅੱਖਾਂ ਦਾ ਚੈੱਕਅਪ ਕਰਾਉਣਾ ਹੈ। ਹਾਂ ਕੋਈ ਗੱਲ ਨਹੀਂ ਕਰ ਦਿੰਦੇ ਆ। ਮੈਂ ਉਹਨੂੰ ਆਪਣੀ ਕੁਰਸੀ ਪਰ ਬਿਠਾਇਆ, ਉਹ ਸਾਹਮਣੇ ABC ਦਾ ਚਾਰਟ ਲੱਗਿਆ ਵਾ ਤਾਂ ਉਹਨੂੰ ਤਾਂ ਭਰਾਵਾ ਦਿਖਦਾ ਹੀ ਕੁਛ ਨਹੀਂ ਹੈਗਾ। ਫਿਰ ਮੈਂ ਕਿਆ ਕਰਿਆ, ਆਪਣੇ ਕੰਪਾਊਂਡਰ ਨੂੰ ਕਹਿ ਕੇ ਪਿੱਛੇ ਵਾੜ ਕੇ ਆਪਰੇਸ਼ਨ ਥੀਏਟਰ 'ਚ ਉਹਦੀਆਂ ਅੱਖਾਂ ਕੱਢ ਲਈਆਂ। ਉਹ ਡਾਕਟਰ ਸਾਹਿਬ ਮੰਗਤਾ ਪੁੱਛ ਲੈਂਦੇ ਕਿਉਂ? ਉਹ ਤਾਂ ਅਨਪੜ੍ਹ ਹੈ। ਅੱਛਾ ਉਹਨੂੰ ਤਾਂ ABC ਨਾ ਊੜਾ ਊੜਾ ਕੁਛ ਨਹੀਂ ਆਉਂਦਾ, ਉਹਨੂੰ ਤਾਂ ਅਨਪੜ੍ਹ ਹੈ ਹੀ। ਉਹ ਤਾਂ ਗਰੀਬ ਮਾਰ ਕਰਤੀ ਤੁਸੀਂ ਉਹਦੇ ਨਾਲ ਵਿਚਾਰੇ ਨਾਲ। ਅੱਖਾਂ ਵਾਪਸ ਪਾ ਦਿਓ ਜੀ, ਹੁਣ ਪੈ ਜੂੰਗੀ ਐਵੇਂ। ਕੋਈ ਨੀ ਦੇਖਦੇ ਆ, ਕੋਈ ਮੈਸਾਂ ਮੁਸਾਲੀਆਂ ਹੀ ਪਾ ਦਿਓ ਜੀ, ਬੜੇ ਡੇਲੇ ਲੱਗ ਜੂਗੇ। ਕੋਈ ਨੀ ਕੱਟੇ ਪਿੱਛੇ ਦੀਆਂ ਪਾ ਦੂੰਗਾ, ਕੋਈ ਨੀ। ਮੇਰੀ ਗੱਲ ਤਾਂ ਸੁਣੋ ਜੀ। ਉਹ ਜਾ ਮੈਨੂੰ ਜਾਣਦੇ ਯਾਰ ਤੂੰ। ਇਹ ਲੋਕ ਐਡੇ ਬੇਵਕੂਫ ਕਾਦੇ ਹੋ ਗਏ ਯਾਰ? ਹੇ ਪ੍ਰਭੂ ਮੈਂ ਕੌਨ ਸੇ ਮੁਲਕ ਮੇ ਘੂਮ ਰਹਾ ਹੂੰ ਪ੍ਰਭੂ, ਮੇਰੇ ਕੋ ਤੋ ਆਜ ਪਤਾ ਚਲਾ ਕਿ ਯਹਾਂ ਪੇ ਐਸੇ ਐਸੇ ਮਨੁਸ਼ਯ ਵੀ ਰਹਤੇ ਆ ਪ੍ਰਭੂ। ਦਿਮਾਗ ਖਰਾਬ ਕਰਕੇ ਰੱਖਤਾ ਲੋਕਾਂ ਨੇ ਮੇਰਾ। धीरे धीरे चलो रे जालमा, हम भी तुम्हारे पीछे आ रहे हैं। ओ डॉक्टर साहब ओ तुसी इत्थे घूमदे ही, मैं थोड़ी दुकान ते 1 घंटा खड़ के आए। साले ओ काम करो, 10-15 जने इकट्ठे हो जाओ, मैनू मार दो, मैनू मेरी दुकान ते बाहर ही दब्बियाओ। डॉक्टर साहब इन्ने गल करन होए वे क्या गल हो गई? ओ तैनू पता नहीं संडे अज। ओ डॉक्टर साहब डॉक्टरां नू संडे मुंडे दा क्या फर्क पैंदा जी? दवाई तां दवाई देणी आ, असीं बंदे नहीं हैगे। मरीज ठीक नहीं करने तुसीं। ਕੱਲ ਚੌਲ ਧਰੇ, ਚੌਲ ਦਾ ਸਾਰਾ ਕੁੱਕਰ ਖਾ ਗਿਆ ਜੀ। ਹੋਰ ਦੱਸੋ, ਨਾਲ ਰਾਜਮਾ ਦੀ ਪਲੇਟ ਖਾ ਗਿਆ ਭਰ ਕੇ ਪੂਰੀ ਕਿਲੋ ਦੀ। ਬਿਮਾਰੀ ਕਿਆ ਮੈਨੂੰ ਆਹ ਦੱਸ? ਡਾਕਟਰ ਸਾਹਿਬ ਗੌਰ ਨਾਲ ਸੁਣੋ ਜੀ, ਮੈਂ 18 ਰੋਟੀਆਂ ਦਾ ਸਵੇਰੇ ਖਾਂਦਾ, 12 ਰੋਟੀਆਂ ਸ਼ਾਮ ਨੂੰ ਖਾਂਦਾ, ਦੁਪਹਿਰ ਨੂੰ ਮੈਂ ਤਾਂ ਪਤਾ ਨੀ ਕਿੰਨੀਆਂ ਖਾਣਾ, 30-40 ਤਾਂ ਹੋਣੀਆਂ ਹੀ ਗਿਣ ਕੇ। ਅੱਛਾ ਡਾਕਟਰ ਸਾਹਿਬ ਪਤਾ ਕਿਆ ਗੱਲ ਹੈ ਜੀ? ਹੁਣ ਵੀ ਮੈਂ ਚੌਲ ਦਾ ਕੁੱਕਰ ਖਾ ਕੇ ਆਇਆ ਜੀ। ਦਰਦੇ ਕਹਿੰਦੇ ਜੀ ਰਾਸ਼ਨ ਮੁੱਕਿਆ ਪਿਆ ਜੀ, ਹੁਣ ਮੈਂ ਦੱਸੋ ਕਿਆ ਕਰਾਂ ਜੀ? ਨਾ ਮੈਂ ਫੁੱਲਦਾ, ਪਤਾ ਨੀ ਰੋਟੀ ਪਾਣੀ ਜਾਂਦਾ ਕਿੱਧਰ ਆਈ, ਭੁੱਖੇ ਲੱਗੀ ਨੇ, ਹੁਣ ਵੀ ਮੈਂ 10 ਰੋਟੀ ਚੱਬ ਗਿਆ ਜੀ। ਫਿਰ ਵਧੀਆ ਤਾਂ ਹੈ ਜੀ, ਪ੍ਰੋਬਲਮ ਕਿਆ? ਤੈਨੂੰ ਭੁੱਖ ਵਧੀਆ ਲੱਗਣੀ ਚਾਹੀਦੀ ਆ। ਘਰ ਦੇ ਵੀ ਤੰਗ ਹੋਏ ਵੇ ਹੈ, ਉੱਪਰ ਦੇ ਇੰਨੀ ਭੁੱਖ ਵੈਸੇ ਲੱਗਣੀ ਨਹੀਂ ਚਾਹੀਦੀ। ਅੱਛਾ ਹਾਂਜੀ, ਤੇਰੀ ਬਿਮਾਰੀ ਕਿਆ ਮੈਨੂੰ ਆ ਤਾਂ ਦੱਸ? ਉਹ ਆਹੀ ਤਾਂ ਬਿਮਾਰੀ ਹੈ ਜੀ, ਮੈਂ ਭਰ ਭਰ ਕੇ ਰੋਟੀ ਖਾਂਦਾ, ਹੁਣ ਦਿੰਦੀਆਂ ਮੇਰੀਆਂ 100 ਰੋਟੀਆਂ ਹੋਣੀਆਂ ਜਿਹੜੀਆਂ ਮੈਂ ਖਾ ਲੈਂਦਾ।
ਮੰਮੀ ਪਕਾਉਂਦੀ ਥੱਕ ਜਾਂਦੀ ਆ ਹੋਰ ਦੱਸੋ ਜੀ ਕੀ ਕਰੀਏ ਤੈਨੂੰ ਤਾਂ ਬੜੀ ਖਤਰਨਾਕ ਬਿਮਾਰੀ ਹੋਈ ਵੀ ਫਿਰ ਹਾਂਜੀ ਹਾਂਜੀ ਕੋਈ ਹੀਲਾ ਕਰੋ ਜੀ ਲੈ ਫਿਰ ਕੰਮ ਕਰ ਹਾਂਜੀ ਤੈਨੂੰ ਮੈਂ ਦੇਸੀ ਨੁਸਖਾ ਦੱਸਦਾ ਦੱਸੋ ਜੀ ਨੋਟ ਕਰ ਲੈ ਫਿਰ ਮੈਂ ਲਿਖ ਲੈਂਦਾ ਜੀ ਹਾਂ ਆਪਣੇ ਫੋਨ 'ਚ ਨੋਟ ਕਰ ਲੈ ਠੀਕ ਹੈ ਹੁਣ ਐਂ ਲਿਖ ਦੋ ਟੋਕਰੇ ਤੂੜੀ ਦੇ ਅੱਛਾ ਤਿੰਨ ਟੋਕਰੇ ਹਾਰੇ ਦੇ जानवर जेड़े हिसाब तू अपना खाना दस्या तू कहना सारा जानवर ते घट है।